ਸਹਿਕਾਰਤਾ ਪਾਰਲੀਮੈਂਟ ਵਿੱਚ ਪੰਜਾਬ ਜੁਲਾਈ 2020 ਤੋਂ ਨਵਾਂ ਕਈ ਨਵੀਆਂ ਨੀਤੀਆਂ ਨੂੰ ਲਾਗੂ ਹੋ ਚੁੱਕਾ ਹੈ ਉਹਦੇ ਤੇ ਕਾਫੀ ਫੈਸਿਲਿਟੀਆਂ ਦਿੱਤੀਆਂ ਗਈਆਂ ਬੇਸਿਕਲੀ ਜਿਹੜਾ ਕੰਜ਼ਿਊਮਰ ਹੈ ਉਹਨੂੰ ਅੱਗੇ ਸੈਲਨ ਕਿੰਗ ਹੁੰਦਾ ਸੀਗਾ ਤਾਂ ਸਮਝ ਲਓ ਹੁਣ ਕੰਜ਼ਿਊਮਰ ਨੂੰ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਵੀ ਉਹ ਕਿੰਗ ਹੈ ਉਹ ਆਪਣੀ ਜਿਹੜਾ ਵੀ ਪ੍ਰੋਡਕਟ ਲਿਆ ਕੇ ਯੂਜ਼ ਕਰਦਾ ਹੈ ਅਗਰ ਉਹਦੇ 'ਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਹਦੇ ਬਾਰੇ ਕਿੱਥੇ ਕੰਪਲੇਂਟ ਕਰਨੀ ਹੈ ਕਿਸ ਤਰੀਕੇ ਉਹਦਾ ਮੁਆਵਜ਼ਾ ਲੈਣਾ ਉਹਦੇ 'ਚ ਉਹਨਾਂ ਨੂੰ ਫੈਸਿਲਿਟੇਟ ਕੀਤਾ ਗਿਆ ਜੀ ਕਾਫੀ ਚੀਜ਼ਾਂ ਉਹਨਾਂ ਨੂੰ ਘਰੇ ਬੈਠੇ ਜਿਵੇਂ ਸਿੰਨਾ ਸਾਹਿਬ ਨੇ ਦੱਸਿਆ ਆਪਣੇ ਟੈਲੀਫੋਨ ਰਾਹੀਂ ਜਾਂ ਪੇਂਡੂ ਖੇਤਰ 'ਚ ਸੇਵਾ ਕੇਂਦਰਾਂ ਰਾਹੀਂ ਉਹ ਦਾਖਲ ਕਰ ਸਕਦਾ ਅੱਗੇ ਜਿਵੇਂ ਨਿਯੁਕਤੀ ਹੁੰਦੀ ਸੀ ਵਕੀਲ ਹਾਇਰ ਕਰਨੇ ਪੈਂਦੇ ਸੀ ਜਾਣਾ ਪੈਂਦਾ ਸੀ ਹੁਣ ਵਕੀਲਾਂ ਦੇ ਨਾਲ ਨਾਲ ਅਗਰ ਕੰਜ਼ਿਊਮਰ ਆਪ ਹੀ ਕਿਤੇ ਕੰਪਲੇਂਟ ਦਾਖਲ ਕਰਨਾ ਚਾਹੁੰਦਾ ਤਾਂ ਉਹਨੂੰ ਇੱਕ ਫੈਸਿਲਿਟੀ ਦਿੱਤੀ ਗਈ ਹੈ ਅੱਗੇ ਸਰ ਹੁਣ ਜਿਵੇਂ ਜ਼ਮਾਨਾ ਬਦਲ ਗਿਆ ਈ ਕਾਮਰਸ ਚੱਲਣ ਲੱਗ ਗਿਆ ਐਮਾਜ਼ਨ ਫਲਿੱਪਕਾਰਟ ਵਗੈਰਾ ਆ ਗਏ ਜਿਨ੍ਹਾਂ ਦੇ ਆਫਿਸਿਸ ਕਿਤੇ ਬਹੁਤ ਬੈਂਗਲੋਰ ਬੰਬੇ ਜਾਂ ਕਲਕੱਤੇ ਹੁੰਦੇ ਆ ਉਹਨਾਂ ਵਾਸਤੇ ਵੀ ਇੱਕ ਫੈਸਿਲਿਟੀ ਹੈ ਇੱਥੋਂ ਈ ਦਾਖਲ ਤੇ ਉਹ ਕੰਪਲੇਂਟ ਕਿਤੇ ਵੀ ਬੈਠੇ ਉਹਨਾਂ ਦੀ ਜਿਹੜੀ ਟੈਰੀਟੋਰੀਅਲ ਜੁਰਿਸਡਿਕਸ਼ਨ ਸੀਗੀ ਉਹ ਵਧਾ ਦਿੱਤੀ ਗਈ ਕੰਜ਼ਿਊਮਰ ਦੇ ਐਂਡ ਤੇ ਕਰ ਦਿੱਤੀ ਗਈ ਸਰ ਇਹ ਫੈਸਿਲਿਟੀਆਂ ਸਰ ਇਹਦੇ 'ਚ ਇਹਦੇ 'ਚ ਜਦੋਂ ਤੁਸੀਂ ਕੋਈ ਕੇਸ ਕਰਨਾ ਹੈ ਤਾਂ ਜਿਹੜੀ ਅਦਾਲਤੀ ਫੀਸ ਹੈ ਉਹ ਵੀ ਤੁਸੀਂ ਆਨਲਾਈਨ ਜਮ੍ਹਾਂ ਕਰਵਾ ਸਕੋਗੇ ਸਰ ਇਹ ਵੀ ਫੈਸਿਲਿਟੀ ਦਿੱਤੀ ਗਈ ਸਰ ਅਤੇ ਜਿਹੜੀ 5 ਲੱਖ ਦੀ ਕੋਈ ਵੀ ਕੰਪਲੇਂਟ ਹੈ ਥੱਲੇ ਤੱਕ ਦੀ ਉਹ ਬਿਲਕੁਲ ਫ੍ਰੀ ਦਾਖਲ ਪੋਰਟਲ 'ਤੇ ਕੀਤੀ ਜਾ ਸਕੇਗੀ ਸਰ ਇਹਦੇ 'ਚ ਅਪੀਲਾਂ ਰਿਜੁਆਇੰਡਰ ਅਤੇ ਕੋਈ ਰਿਵੀਜ਼ਨ ਪਟੀਸ਼ਨਾਂ ਸਾਰੀਆਂ ਹੀ ਈ ਦਾਖਲ 'ਤੇ ਕੀਤੀਆਂ ਜਾ ਸਕਣਗੀਆਂ ਔਰ ਈ ਦਾਖਲ 'ਤੇ ਹੀ ਉਹਨਾਂ ਦੀ ਡੇ ਟੂ ਡੇ ਜਿਹੜਾ ਕੋਈ ਡੇਟ ਪੈਣੀ ਹੈ ਜਾਂ ਜਿਹੜਾ ਫਾਲੋ ਅਪ ਹੈ ਉਹ ਵੀ ਟੈਲੀਫੋਨ 'ਤੇ ਜਾਂ ਤੁਹਾਡੇ ਈਮੇਲ 'ਤੇ ਨਾਲ ਦੀ ਨਾਲ SMS ਰਾਹੀਂ ਆਉਂਦਾ ਰਹੇਗਾ ਅਗਰ ਤੁਹਾਡੇ ਕਿਤੇ ਕੋਈ ਪਟੀਸ਼ਨ ਦਾਖਲ ਕਰਨ ਲੱਗੇ ਕਾਗਜ਼ਾਂ 'ਚ ਕੋਈ ਨੁਕਸ ਰਹਿ ਜਾਂਦਾ ਤਾਂ ਇਹ ਵੀ ਫੈਸਿਲਿਟੀ ਹੈ ਵੀ ਉਹਨੂੰ SMS ਰਾਹੀਂ ਇਨਫੋਰਮ ਕਰ ਦਿੱਤਾ ਜਾਏਗਾ ਅਤੇ ਨਾਲ ਉਹ ਠੀਕ ਕਰਕੇ ਦੁਬਾਰਾ ਅਪਲੋਡ ਕਰ ਸਕਦਾ ਸਰ ਇਹ ਜਿਹੀਆਂ ਫੈਸਿਲਿਟੀਆਂ ਹੈਗੀਆਂ ਸਰ ਮੈਂ ਹੁਣ ਰਿਕੁਐਸਟ ਕਰੂੰਗਾ IP ਸਿੰਘ ਜੀ ਨੂੰ ਜਿਹੜੇ ਇਹਦੇ ਬਾਰੇ ਆਪਣੇ ਵਿਊਜ਼ ਸ਼ੇਅਰ ਕਰਨਗੇ ਸਰ ਤੁਹਾਡੇ ਨਾਲ ਪੰਜਾਬ ਦੇ ਜਿਹੜੇ ਕੰਜ਼ਿਊਮਰ ਹੈ ਉਹਨਾਂ ਨੂੰ ਸੁਵਿਧਾਵਾਂ ਦੇਣ ਨੂੰ ਕਿਉਂਕਿ ਕਿਤੇ ਵੀ ਕੋਈ ਕਮੀ ਜੇ ਪੈ ਸਕਦੀ ਹੈ ਕਿ ਜ਼ਮਾਨਾ ਬਦਲਦਾ ਜਾ ਰਿਹਾ ਈ ਕਾਮਰਸ ਵੱਧਦੀ ਜਾ ਰਹੀ ਹੈ ਅਤੇ ਉਹਨੂੰ ਸਾਰਿਆਂ ਨੂੰ ਇੱਕ ਦਾਇਰੇ 'ਚ ਲਿਆਉਣ ਲਈ ਅਤੇ ਕੰਜ਼ਿਊਮਰ ਨੂੰ ਕਿਸ ਤਰੀਕੇ ਕੰਪਲੇਂਟ ਦਾਖਲ ਕਰਨੀ ਹੈ ਉਹਦੇ ਸਹੂਲਤ ਦੇਣ ਨੂੰ ਈ ਦਾਖਲ ਪੋਰਟਲ ਲਾਂਚ ਕੀਤਾ ਹੈ ਨਾਲ ਧੀਆਂ ਦੀ ਲੋਹੜੀ ਖਾਸ ਕਰਕੇ ਯੂਥ ਵਾਸਤੇ ਸਪੋਰਟਸ ਕਿੱਟਸ ਦੀ ਅਨਾਊਂਸਮੈਂਟ ਕਰੀ ਗਈ ਹੈ ਔਰ ਸਭ ਤੋਂ ਅਖੀਰ 'ਚ ਸਭ ਤੋਂ ਬੜਾ ਪ੍ਰੋਗਰਾਮ ਜਿਹੜਾ ਜਿਹੜੇ ਸਾਡੇ ਇੱਥੇ ਸਲੰਮ ਦੇ ਵਿੱਚ ਲੋਕ ਰਹਿੰਦੇ ਸੀ ਜਿਹਨੂੰ ਕਹਿੰਦੇ ਸੀ ਇਨਕਰੋਚ ਕੀਤੀ ਹੋਈ ਹੈ ਜਗ੍ਹਾ ਉਹਨਾਂ ਨੂੰ ਪ੍ਰੋਪਰਟੀ ਹੱਕ ਦੇਣ ਦਾ ਜਿਹੜਾ ਪ੍ਰੋਗਰਾਮ ਅੱਜ ਲਾਂਚ ਕੀਤਾ ਗਿਆ ਅੱਜ 5 ਬੰਦਿਆਂ ਨੂੰ ਦਿੱਤੇ ਗਏ ਅਤੇ ਉਸੇ ਤਰੀਕੇ ਸਾਰੇ ਪੰਜਾਬ 'ਚ ਜਿੱਥੇ ਜਿੱਥੇ ਬੰਦੇ ਬੈਠੇ ਆ 30 ਗਜ਼ ਦੀ ਜ਼ਮੀਨ ਫ੍ਰੀ ਆਫ ਕਾਸਟ ਉਹਨਾਂ ਨੂੰ ਦਿੱਤੀ ਜਾਏਗੀ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ ਇਹ ਸਾਰੀਆਂ ਸਕੀਮਾਂ ਅੱਜ ਲਾਂਚ